हेलो, हाँ जी, सत श्री अकाल सारियां नूं। की हाल, आई होप ते सारे ठीक होंगे। वेलकम टू अवर यूट्यूब चैनल। प्लीज़ वीडियो देखने का पहला चैनल सबसक्राइब जरूर कर दिओ, तो लाइक होनी कर दो, लास्ट से तुसीं भुल जाने लाइक करना। तो चलो आप हम चैप्टर दूसरा ही आप करना, क्विज नंबर 85 आज कर लगे आप। क्विज का नाम हैगा आ पानेली दिस्तानसियोमेट्री की आंवले देखो, ठीक है। जिदा कि मैं तुहानू पिछली वीडियो च भी फोटो दिखाई सी त्रे बारे रोसे, है ना, ये हुआ वेट आ देखो, ठीक है। एक लगा होया ये, ठीक है। आ जिहड़ी तुसी रैड कलर दीआं लाइनस देखते पे आ, ये हैगी आ त्रे बारे रोसे। पहले विच एक लाइन आ, दूसरे विच दो लाइन आ, तीसरे च तीन लाइन आ। तो इन्हां दे जिहड़ा लगे होणगे, पहला जिदा होगा 50 मीटर, तो दूसरा होगा 100 मीटर, तीसरा होगा 150 मीटर, इन्होंने होगा, ठीक है, डिस्टेंस। तो बाकी चलो हुण आपां पढ़ के देखते हैं। ये भी उत्थे लग रहे जिथों ट्रेना लंघदियाँ, ठीक है। कोई इस ये ना समझे पता नहीं कि चीज़ आ, ये जिथों ट्रेना लंघदी है ये भी उत्थे तुहानू मिलणगे पसाजोली वैलू ते, ठीक है। पहला तो मतलब देखो, इपेन पानेली रफी गुरातू सुनो पोस्ती प्रीमा दी क्वालसी आ सी तिपो दी पसाजो आली वैल। कहिंदे जिहड़ी ये पानेली आ पोस्ती लगी होगी प्रीमा पहला, क्योंकि पहले ही लगी होंगी है, बाद चो फिर ट्रेना लंघदी और जिहड़ी मीनारी आउंदी बाद चो होंगी। कहिंदे पहला लगी होंगी है क्वालसी सी, कोई भी टाइप की पसाजोली वैल होवे उत्थे ही तुहानू मिलेगी वेरो। दूसरा मंदा देखो, पानेली रफी गुरा तो सुनो पोस्ती नोरमा चिरका चैंतो शिकवानता चैंतो शिकवानता मेत्री दल यात्रा वैसा मैं तो फिर अभी आ रही हो। कहिंदे कि निड़े पानेली आ ये पोस्ती ये लगी होगी नोरमा आम तौर पर चिरका चिरका कह लो कि लगभग 150, 100 ते 50 मीटर, ठीक है। जिहड़ी क्रॉसिंग लाइन अत्रावैसा मैं तो बनी हुई है, फिर वो भी आ रही है ट्रेन की जिहड़ी क्रॉसिंग है उत्तों। कहिंदे लगभग 50, 100, 150 इन्नी मीटर ये होगी वेरू। तीसरा मंदा ਇਹ ਪਾਨੇਲੀ ਰਫੀ ਗੁਰਾ ਤੋਂ ਸਰਵੋਂ ਨੂੰ ਇਹਦੀ ਘਰ ਕੇ ਚੀਸੀ ਸਤਾ ਅਵਿਜੀ ਅਵਿਜੀ ਨਾ ਦੋ ਅਲਪਸਾ ਜੋ ਆਲੀ ਵੈਲੋ। ਕਹਿੰਦੇ ਕਿ ਜਿਹੜੀ ਪਾਨੇਲੋ ਆ ਇਹਦੀ ਘਰ ਕੀ ਇੰਡੀਕੇਟ ਕਰਦੀ ਹੈ ਕਿ ਅਵਿਜੀ ਨਾ ਦੋ ਹੁੰਦਾ, ਮਤਲਬ ਤੁਸੀਂ ਨੇੜੇ ਆ, ਕਿਹਦੇ ਨੇੜੇ ਆ, ਪਸਾਜੋ ਲਈ ਵੈਲੋ ਦੇ ਤੁਸੀਂ ਨੇੜੇ ਆ। ਜਦੋਂ ਇਹ ਤੁਹਾਨੂੰ ਹੁਣ ਮੈਂ ਕਿਹਾ ਸੀ ਕਿ ਕਿੱਥੇ ਲੱਗੀਆਂ ਹੁੰਦੀਆਂ, ਜਿੱਥੇ ਟ੍ਰੇਨਾਂ ਲੰਘਦੀਆਂ, ਅਤੇ ਟ੍ਰੇਨਾਂ ਮਤਲਬ ਕੀ ਲੰਘਦੀਆਂ, ਜਿੱਥੇ ਪਸਾਜੋ ਲਈ ਵੈਲੋ ਆ, ਠੀਕ ਹੈ, ਉਹਨਾਂ ਨੂੰ ਆਪਾਂ ਕਹਿੰਦੇ ਹਾਂ। ਅਤੇ ਕਹਿੰਦੇ ਤੁਸੀਂ ਇੰਡੀਕੇਟ ਕਰਦਾ ਤੁਸੀਂ ਪਸਾਜੋ ਲਈ ਵੈਲੋ ਦੇ ਨੇੜੇ ਆ ਵੇਰੋ। ਚੌਥਾ ਜਮਾਨਾ ਦੇਖੋ, ਪੈਨੈਲੋ ਕੌਂਤਰੇ ਬਾਰੇ ਓਬਲੀਕਿਓ ਰੋਸੋ ਪ੍ਰੀਮੋ ਦੇਈ ਪੈਨੈਲੀ ਕੇ ਇਨਕੌਂਤਰਾ ਕੁਆਂਦੋ ਚੀਸੀ ਅਪਰੋਸੀਮਾ ਅਤ ਉਨ ਪਸਾਜੋ ਆ ਲੀ ਵੈਲੋ। ਕਹਿੰਦੇ ਜਿਹੜੀ ਆਪਾਂ ਨੈਲੋ ਆ ਤਰੇ ਬਾਰੇ ਆ ਜਿਹੜੇ ਮਤਲਬ ਤਿੰਨ ਜਿਹੜੀਆਂ ਲਾਈਨਾਂ ਬਣੀਆਂ ਹੋਈਆਂ ਆ ਰੋਸੇ ਲਾਲ ਰੰਗ ਦੀਆਂ, ਪ੍ਰੀਮੋ ਜਿਹੜੀ ਪੈਨੈਲੋ ਆ, ਪਹਿਲੀ ਪੈਨੈਲੋ ਦੀ ਗੱਲ ਹੋਈ, ਪਹਿਲੀ ਪੈਨੈਲੋ ਵਿੱਚ ਤਿੰਨ ਲਾਈਨਾਂ ਬਣੀਆਂ ਹੋਈਆਂ ਲਾਲ ਕਲਰ ਦੀਆਂ, ਹੈ ਨਾ, ਇਨਕੌਂਤਰਾ ਕੁਆਂਦੋ ਜਦੋਂ ਅਪਰੋਸੀਮਾ ਪਸਾਜੋਲੀ ਵੈਲੋ, ਮਤਲਬ ਤੁਹਾਨੂੰ ਉਦੋਂ ਹੀ ਤੁਹਾਨੂੰ ਇਹਦਾ ਸਾਹਮਣਾ ਹੋਊਗਾ, ਮਤਲਬ ਕਹਿ ਲਓ ਉਦੋਂ ਹੀ ਇਹਦੇ ਨਾਲ ਤੁਹਾਡਾ ਮਤਲਬ ਕਹਿ ਲਓ ਤੁਹਾਨੂੰ ਦੇਖਣ ਨੂੰ ਮਿਲੂਗੀ ਜਦੋਂ ਤੁਸੀਂ ਅਪਰੋਸੀਮਾ ਜਦੋਂ ਤੁਸੀਂ ਜਾ ਰਹੇ ਆ ਪਸਾਜੋ ਲਈ ਵੈਲੋ 'ਤੇ ਵੀਰੋ। ਕਿਉਂਕਿ ਤੀਸਰੇ ਦਮਾਂਦੇ 'ਚ ਵੀ ਸੇਮ ਲਿਖਿਆ, ਜਦੋਂ ਤੁਸੀਂ ਨੇੜੇ ਆ ਅਤੇ ਮਤਲਬ ਤੁਸੀਂ ਇਹ ਤੁਹਾਨੂੰ ਪੈਨੈਲੋ ਦੇਖੋਗੇ ਤਾਂ ਤੁਸੀਂ ਮਤਲਬ ਤੁਸੀਂ ਪਸਾਜੋ ਲਈ ਵੈਲੋ 'ਤੇ। ਚੌਥੇ 'ਚ ਵੀ ਸੇਮ ਹੀ ਗੱਲ ਲਿਖੀ ਆ ਕਿ ਤੁਹਾਨੂੰ ਪਹਿਲੇ ਨੰਬਰ 'ਤੇ ਇਨਕੌਂਤਰਾ ਤੁਹਾਨੂੰ ਆਹ ਦਿਖੂਗੀ ਪੈਨੈਲੋ ਜਿਹੜੀ ਹੈਗੀ ਆ ਤਰੇ ਬਾਰੇ ਰੋਸੇ, ਜਿਹ 'ਚ ਤਿੰਨ ਲਾਲ ਕਲਰ ਦੀਆਂ ਲਾਈਨਾਂ, ਠੀਕ ਆ ਵੀਰੋ। ਪੰਜਵਾਂ ਮੰਨਦਾ ਦੇਖੋ, ਪਾਨੇਲੀ ਰਫੀ ਗੁਰਾਤੀ ਪਸੋ ਨੂੰ ਤਰੋਵਾਰੇ ਸੋਲੋ ਸੀ ਪਸਾਜੋਲੀ ਵੈਲੋ ਕੌਣ ਬਾਰੀਏਰੇ। ਕਹਿੰਦੇ ਕਿ ਜਿਹੜੀ ਪਾਨੇਲੀ ਆ ਤੁਹਾਨੂੰ ਪਜੋ ਨੂੰ ਤੁਹਾਨੂੰ ਤਰੋਵਾਰੇ ਤੁਹਾਨੂੰ ਲੱਭੂਗੀ ਸੋਲੋ ਸਿਰਫ ਪਸਾਜੋਲੀ ਵੈਲੋ ਅਤੇ ਬਾਰੀਏਰੇ ਜਿਹਦੇ ਫਾਟਕ ਲੱਗੇ ਹੁੰਦੇ ਆ ਫਾਲਸੋ। ਇਹ ਬਿਨਾਂ ਫਾਟਕਾਂ ਵਾਲਿਆਂ 'ਤੇ ਵੀ ਹੁੰਦੀ ਆ, ਠੀਕ ਆ, ਬਿਨਾਂ ਫਾਟਕਾਂ 'ਤੇ ਵੀ ਤੁਹਾਨੂੰ ਮੈਂ ਪਿੱਛੇ ਦਿਖਾ ਸੀ ਜਿੱਥੇ ਇਕੱਲੀ ਟ੍ਰੇਨ ਬਣੀ ਆ ਉੱਥੇ ਵੀ ਤੁਹਾਨੂੰ ਮਿਲੂਗੀ ਫਾਲਸੋ। ਪਰ ਇਹ ਕਹਿੰਦੇ ਕਿ ਉੱਥੇ ਮਿਲੂਗੀ ਜਿੱਥੇ ਕੌਣ ਬਾਰੀਏਰੇ ਜਿੱਥੇ ਫਾਟਕ ਲੱਗੇ ਹੋਏ ਆ ਫਾਲਸੋ। ਸ਼ੇਵੰਦ ਮੰਦਾ ਪਾਨੇਲੀ ਰਫੀ ਗੁਰਾਤੂ ਸੈਨਾਲੀ ਦੀ ਪ੍ਰੈਸਕ੍ਰਿਸੀਓਨੇ। ਕਹਿੰਦੇ ਕਿ ਜਿਹੜਾ ਸਿਗਨਲ ਹੈ ਪ੍ਰੈਸਕ੍ਰਿਸੀਓਨੇ ਪਾਬੰਦੀ ਦਾ ਸਿਗਨਲ ਹੈ ਫਾਲਸੋ। ਇੱਥੇ ਕੋਈ ਸਾਨੂੰ ਪਾਬੰਦੀ ਨਹੀਂ ਲੱਗੀ ਹੋਈ, ਠੀਕ ਹੈ, ਇੱਥੇ ਸਿਰਫ ਦੀ ਸਪੀਡ ਘੱਟ ਕਰਨੀ ਆ, ਕੋਈ ਪਾਬੰਦੀ ਨਹੀਂ ਹੈਗੀ। ਸੱਤਵਾਂ ਮੰਦਾ ਪਾਨੇਲੀ ਰਫੀ ਗੁਰਾਤੂ ਇੰਦਿਕਾ ਨੂੰ ਲਾਵੋ ਰੀਨ ਕੋਰਸੋ। ਕਹਿੰਦੇ ਕਿ ਜਿਹੜਾ ਪਾਨੇਲੀ ਤੁਹਾਨੂੰ ਦਿਖਾਈ ਗਈ ਆ ਇਹ ਇੰਡੀਕੇਟ ਕਰਦੀ ਇੱਥੇ ਲਾਵੋਰੀ 'ਤੇ ਕੰਮ ਚੱਲਦਾ ਪਿਆ ਫਾਲਸੋ। ਅੱਠਵਾਂ ਦਮਾਂ ਤੋਂ ਪਾਨੇਲੀ ਰਫੀ ਗੁਰਾਤੀਆ ਨੂੰ ਤਾਂ ਅਤੇ ਬਾਰੇ ਦਾਈਗੋ ਨਾਲ ਲੀ ਕੁਆਂਤੀ ਸੋਨੋ ਬਿਨਾਰੀ ਦਿਲ ਪਸਾਜੋ ਆ ਲੀ ਵੈਲੂ।
ਕਹਿੰਦੇ ਕਿ ਜਿਹੜੇ ਆਹ ਪਨੈਲੀ ਤੁਹਾਨੂੰ ਦਿਖਾਈ ਗਈ ਆ ਇਹਦੇ ਜਿੰਨੇ ਬਾਰੇ ਜਿੰਨੀਆਂ ਵਿੱਚ ਲਾਲ ਲਾਈਨਾਂ ਹੈ ਨਾ, ਜਿੱਦਾਂ ਹੁਣ ਪਹਿਲੇ 'ਚ 3 ਹੈ, ਦੂਸਰੇ 'ਚ 2, ਫਿਰ 1 ਹਨ, ਕੁਆਂਤੀ ਜਿੰਨੀਆਂ ਵੀ ਹੈਗੀਆਂ ਬਿਨਾਰੀ, ਕਹਿੰਦੇ ਉਹਦਾ ਮਤਲਬ ਹੈ ਕਿ ਕੁਆਂਤੀ ਓਨੀ ਬਿਨਾਰੀ ਓਨੀ ਪਟੜੀਆਂ ਆ ਪਸਾਜੋ ਲਿਵੈਲੋ 'ਤੇ। ਫਾਲਸੋ, ਇਹਦਾ ਮਤਲਬ ਇਹ ਨਹੀਂ ਕਿ ਜਿੰਨੀਆਂ ਵਿੱਚ ਲਾਈਨਾਂ ਓਨੀਆਂ ਤੁਹਾਨੂੰ ਉੱਥੇ ਪਟੜੀਆਂ ਮਿਲਣਗੀਆਂ, ਉੱਥੇ ਇੱਕ ਇਕੱਲੀ ਵੀ ਬਿਨਾਰੀ ਹੋ ਸਕਦੀ ਹੈ, ਠੀਕ ਆ। ਇਹਦਾ ਮਤਲਬ ਇਹ ਨਹੀਂ ਕਿ ਉੱਥੇ ਓਨੇ ਹੀ ਤੁਹਾਨੂੰ ਮਿਲਣਗੀਆਂ ਬਿਨਾਰੀ। ਫਾਲਸੋ, ਨੋਵਾਂ ਨੋਵਾਂ ਤੋਂ ਪਾਨੇ ਲਈ ਰਫੀਗੁਰਾ ਤੋਂ ਦੂਏ ਬਾਰੇ ਇੰਦੀ ਕਾਨੂੰ ਤਰਾਵਰ ਸਮੇਂ ਤੋਂ ਫਿਰ ਵੀ ਵਾਰੀਆ ਕੋਨ ਤੂੰ ਇਹ ਸੋਲੀ ਬਿਨਾਰੀ। ਹੁਣ ਕਹਿੰਦੇ ਜਿਹੜੀ ਦੂਸਰੀ ਆ, ਦੂਸਰੀ ਵਿੱਚ ਹੁਣ 2 ਲਾਈਨਾਂ ਲਾਲ ਕਲਰ ਦੀਆਂ ਹੈ ਨਾ, ਕਹਿੰਦੀ ਉਹ ਇੰਡੀਕੇਟ ਕਰਦੀ ਆ ਕਿ ਤਰਾਵਰ ਸਮੇਂ ਤੋਂ ਕਰੋਸਿੰਗ ਇੱਕ ਰੇਲ ਦੀ ਕਰੋਸਿੰਗ ਆ, ਰੇਲਵੇ ਲਾਈਨ ਦੀ, ਦੂਏ ਸੋਲੀ ਅਤੇ 2 ਹੀ ਉਹਦੀਆਂ ਪਟੜੀਆਂ ਆ। ਫਾਲਸੋ, ਕਹਿੰਦੀ ਉਹਦੀਆਂ 2 ਲਾਈਨਾਂ ਆ ਅਤੇ 2 ਹੀ ਉੱਥੇ ਪਟੜੀਆਂ ਹੋਣਗੀਆਂ, ਬਿਨਾਰੀਆਂ ਹੋਣਗੀਆਂ। ਫਾਲਸੋ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਠੀਕ ਆ। ਜਿਹੜੀਆਂ ਇਹਦੇ ਵਿੱਚ ਲਾਲ ਲਾਈਨਾਂ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਪਹਿਲੇ 'ਚ 3 ਹੈ ਤਾਂ ਉੱਥੇ 3 ਪਟੜੀਆਂ ਤੁਹਾਨੂੰ ਮਿਲਣਗੀਆਂ ਰੇਲਵੇ ਦੀਆਂ, ਜਾਂ ਦੂਜੇ 'ਚ 2, ਇਹ ਗਲਤ ਆ, ਠੀਕ ਆ। ਇੱਦਾਂ ਦੀ ਕੋਈ ਗੱਲ ਨਹੀਂ। ਇਹ ਜੇ ਲੱਗੀ ਹੋਣ, ਪਹਿਲੀ ਜੇ ਲੱਗੀ ਹੋਵੇ ਨਾ ਵਿੱਚ 3 ਲਾਈਨਾਂ ਤੋਂ, ਉੱਥੇ 1 ਪਟੜੀ ਹੋ ਸਕਦੀ ਆ, ਠੀਕ ਆ। ਦੱਸੋ ਉਹਨਾਂ ਦਾ ਪਾਨੇ ਲਈ ਰਫੀ ਗੁਰਾ ਤੁਸੀਂ ਉਹਨੇ ਇੰਸਟਾ ਲੱਤੀ, ਸੋ ਕਾਵਾ ਲੱਤੀ ਹੁੰਦੀ, ਉਹ ਕਾਵਾ ਲੱਤੀ ਆ ਗਿਆ। ਮਤਲਬ ਕਿ ਫਾਲਸੋ, ਤੁਹਾਨੂੰ ਕਿਹਾ ਸੀ ਜਿੱਥੇ ਕਾਵਾ ਲੱਤੀ ਵਰਡ ਆ ਜਾਵੇ ਤੁਸੀਂ ਪੂਰੀ ਬੁੱਕ 'ਚ ਫਾਲਸੋ ਕਰ ਦੇਣਾ, ਠੀਕ ਆ। ਵੇ ਤੁਹਾਨੂੰ 83 ਤੋਂ 17 ਵਰਸਾ ਮਿਲਣ ਤੋਂ ਫਿਰ ਵੀ ਆ ਰਹੀ ਹੋ, ਕਹਿੰਦੇ ਪਾਨੇ ਲਈ ਜਿੱਥੇ ਇੰਸਟਾਲਡ ਹੋਵੇ, ਲੱਗੀ ਹੋਵੇ, ਉੱਥੇ ਤੁਸੀਂ ਉੱਥੇ ਮਨਾਹੀ ਲੱਗੀ ਹੋਈ ਆ 83 ਤੋਂ ਕਰਨ ਦੀ, ਰੇਲਾਂ ਨੂੰ ਕਰੋਸਿੰਗ ਜਿਹੜੀਆਂ ਰੇਲਾਂ ਨੂੰ। ਫਾਲਸੋ, ਠੀਕ ਆ। ਨਾਲੇ ਜਿੱਥੇ ਕਾਵਾ ਲੱਤੀ ਆ ਗਿਆ ਤੁਸੀਂ ਫਾਲਸੋ ਕਰਨਾ। ਹਾਂਜੀ, ਹੁਣ ਆਹ ਵਾਲਾ ਦੇਖੋ, ਪਾਨੇ ਲੋਕੋਂਤਰੇ ਬਾਰੇ ਰੋਸੇ ਆ ਇਹ ਪੁਸਤੋ ਸੁਤਲ ਸੈਨਾ ਲਈ ਬੀ। ਕਹਿੰਦੇ ਜਿਹੜਾ ਏ ਆ ਏ ਦੇ ਥੱਲੇ ਹੋਊਗਾ ਬੀ, ਬੀ ਰੂਪ, ਕਿਉਂਕਿ ਤਰੇ ਬਾਰੇ ਰੋਸੇ ਵਾਲਾ ਪਸਾਜੋਲੀ ਵੈਲੋ ਦੇ ਨੀਚੇ ਹੋ ਵੀ ਸਕਦਾ, ਕਿਉਂਕਿ ਬਦਮਾਂਦਾ ਪੜਿਆ ਸੀ ਕੁਆਲ ਸੀ ਸੀ ਟੀਪੂ ਦੀ ਪਸਾਜੋਲੀ ਵੈਲੋ, ਠੀਕ ਆ, ਕਿਸੇ ਵੀ ਟਾਈਪ ਦੀ ਪਸਾਜੋਲੀ ਵੈਲੋ 'ਤੇ ਵੀ ਹੋ ਸਕਦਾ ਬੀ ਰੂਪ। ਨੈਕਸਟ ਦੇਖੋ, ਨਲਕਾਸੋ ਦੇ ਤਰਾਵਰ ਸਮੇਂ ਤੋਂ ਫਿਰ ਵੀ ਆ ਰਹੀ ਹੋ, ਸਿੰਸਾ ਬਰੀਏਰੇ ਪਾਨੇ ਲਈ ਆ ਸੋਨੋ ਪੋਸਤੀ ਪੀਮਾ ਸੈਨਾ ਲਈ ਬੀ। ਕਹਿੰਦੇ ਜਿਹੜਾ ਆਇਆ ਆ ਦੀ ਪਹਿਲਾਂ ਲੱਗਾ ਹੋ ਸਕਦਾ ਆ ਸਿਨਾਲੀ, ਸੋਰੀ, ਕਹਿੰਦੇ ਜਿਹੜਾ ਆ ਪੋਸਤੀ ਹੋ ਸਕਦਾ ਪਹਿਲਾਂ ਸਿਨਾਲੇ ਬੀ ਤੋਂ, ਇਹ ਜਿਹੜਾ ਹੋ ਸਕਦਾ ਪਹਿਲਾਂ ਬੀ ਤੋਂ ਬੇਰੋ, ਕਿਉਂਕਿ ਇਹ ਜਿਹੜੇ ਦੋਨੇ ਸਿਨਾਲੇ ਉੱਥੇ ਵੀ ਹੋ ਸਕਦੇ ਆ ਜਿੱਥੇ ਟ੍ਰੇਨ ਕੱਲੀ ਬਣੀ ਸੀ ਸਿੰਸਾ ਬਰੀਏਰੇ, ਹੈ ਨਾ, ਇਹ ਤੁਹਾਨੂੰ ਦੋਨੇ ਉੱਥੇ ਵੀ ਮਿਲਣਗੇ ਵੇਰੋ, ਠੀਕ ਆ। ਇਹ ਹੈਗਾ ਵੇਰੋ। ਅਤੇ ਚਲੋ ਹੁਣ ਆਪਣੇ ਅੱਜ 3 ਆਹ ਕੰਪਲੀਟ ਹੋ ਗਿਆ, ਅਤੇ ਉਸ ਤੋਂ ਨੈਕਸਟ ਹੁਣ ਆਪਣੇ ਆਹ ਸਟਾਰਟ ਹੋ ਜਾਣੇ ਆ। ਆਹ ਮੈਂ ਪਿਛਲਾ ਤੁਹਾਨੂੰ ਇਕੱਲਾ ਤਾਂ ਸਮਝਾਇਆ ਸੀ ਕਿਉਂਕਿ ਥੋੜ੍ਹੇ ਟਫ ਜਿਹੇ ਸੀਗੇ, ਠੀਕ ਆ, ਅਤੇ ਤਾਂ ਕਰਕੇ ਮੈਂ ਇਕੱਲੇ ਇਕੱਲੇ ਸਮਝਾਏ, ਇਹ ਸਾਰੇ ਤੁਹਾਨੂੰ ਇੱਕੋ ਦਮ ਸਮਝਾ ਦਿੰਦੀ ਤੁਸੀਂ ਪਜ਼ਲ ਹੋ ਜਾਣਾ ਸੀਗਾ। ਅਤੇ ਚਲੋ ਹੁਣ ਆਪਾਂ ਨੈਕਸਟ ਹੁਣ ਆਹ ਸਟਾਰਟ ਕਰਾਂਗੇ, ਇਹ ਅੱਗੇ ਸਾਰੇ ਸੌਖੇ ਹੀ ਆ, ਠੀਕ ਆ। ਇਹ ਹੁਣ ਮੈਂ ਤੁਹਾਨੂੰ ਜਲਦੀ ਜਲਦੀ ਕਰਵਾ ਦੇਣੇ ਆ, ਅਤੇ ਪਲੀਜ਼ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਆ ਕਰੋ, ਠੀਕ ਆ, ਤਾਂ ਕਿ ਹੋਰਾਂ ਨੂੰ ਵੀ ਪਤਾ ਲੱਗੇ। ਅਤੇ ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।